ਸੱਤਵਾਂ ਰਾਊਂਡ ਫਾਈਨਲ ਗਿਣਤੀ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ ਆ ਔਰ ਲੀਡ 37,325 ਵੋਟਾਂ ਤੇ ਮਹਿੰਦਰ ਭਗਤ ਜਿੱਤ ਗਏ ਨੇ। ਸੋ ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼, 37,325 ਵੋਟਾਂ ਮਹਿੰਦਰ ਭਗਤ ਨੂੰ, ਕੁੱਲ 55,246 ਵੋਟਾਂ ਮਿਲੀਆਂ ਨੇ। ਸ਼ੀਤਲ ਅੰਗਰਾਲ ਨੂੰ 17,921 ਵੋਟਾਂ ਮਿਲੀਆਂ ਨੇ। ਦੂਸਰੇ ਨੰਬਰ 'ਤੇ ਨੇ ਸੁਰਿੰਦਰ ਕੌਰ ਨੂੰ ਕਾਂਗਰਸ ਪਾਰਟੀ ਦੇ 16,757 ਵੋਟਾਂ ਮਿਲੀਆਂ ਨੇ। ਸੋ ਫਾਈਨਲ ਰਿਜ਼ਲਟ ਜਿਹੜਾ ਹੈ ਜਿਹਦੇ 'ਚ ਪੋਸਟਲ ਬੈਲਟ ਵੀ ਮਿਲਾ ਕੇ 37,325 ਵੋਟਾਂ ਦੇ ਮਾਰਜਨ ਦੇ ਨਾਲ ਮਹਿੰਦਰ ਭਗਤ ਇਹ ਚੋਣ ਜਿੱਤ ਗਏ ਨੇ। ਗੌਰਵ ਜੀ, ਬਿਲਕੁਲ, ਤਾਂ ਮਹਿੰਦਰ ਭਗਤ ਦਾ ਜਿਹੜਾ ਫਾਈਨਲ ਰਿਜ਼ਲਟ ਹੈ ਉਹ 37,325 ਵੋਟਾਂ ਦਾ ਹੈ। 37,325 ਯਾਨੀ ਕਿ ਜਿਹੜਾ ਪਿਛਲੀ ਵਾਰ ਟੋਟਲ ਵੋਟ ਕਾਊਂਟ ਸੀ ਜੇਤੂ ਕੈਂਡੀਡੇਟ ਦਾ, ਸ਼ੀਤਲ ਅੰਗਰਾਲ ਦਾ, ਉਸ ਤੋਂ ਵੀ ਅੱਗੇ ਨਿਕਲਦੇ ਹੋਏ ਨਜ਼ਰ ਆਏ ਨੇ ਲੀਡ ਦੇ ਹਿਸਾਬ ਦੇ ਨਾਲ। ਔਰ ਜੇ ਟੋਟਲ ਤੁਸੀਂ ਨੰਬਰ ਦੇਖੋ ਤਾਂ ਉਹ ਵੀ 50,000 ਦੇ ਨੇੜੇ ਪਹੁੰਚ ਗਿਆ, ਯਾਨੀ ਕਿ ਕਰੀਬ 60% ਵੋਟਾਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਪਈਆਂ ਨੇ ਮਹਿੰਦਰ ਭਗਤ ਨੂੰ, ਔਰ ਉਸਦੀ ਹੀ ਵਜ੍ਹਾ ਦੇ ਨਾਲ ਇਹ ਜਸ਼ਨ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ। ਇਹ ਖਾਲਸਾ ਕਾਲਜ ਜਿੱਥੇ ਪੂਰਾ ਕਾਊਂਟਿੰਗ ਸੈਂਟਰ ਬਣਾਇਆ ਗਿਆ ਸੀ ਉਸਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਖੂਬ ਆਮ ਆਦਮੀ ਪਾਰਟੀ ਦੇ ਵਰਕਰ ਇਸ ਸਮੇਂ ਜਸ਼ਨ ਮਨਾਉਂਦੇ ਹੋਏ, ਪਟਾਕੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ, ਉੱਥੇ ਖੂਬ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕਾਊਂਟਿੰਗ ਸੈਂਟਰ ਤੋਂ ਲੈ ਕੇ ਮਹਿੰਦਰ ਭਗਤ ਦੇ ਘਰ ਤੱਕ, ਮਹਿੰਦਰ ਭਗਤ ਦੇ ਘਰ ਤੋਂ ਲੈ ਕੇ ਚੰਡੀਗੜ੍ਹ ਦਫ਼ਤਰ ਤੱਕ, ਮੁੱਖ ਮੰਤਰੀ ਦੇ ਘਰ ਤੱਕ ਇਸ ਸਮੇਂ ਆਮ ਆਦਮੀ ਪਾਰਟੀ 'ਚ ਜਸ਼ਨ ਦਾ ਮਾਹੌਲ ਹੈ। ਬਾਈ ਇਲੈਕਸ਼ਨ ਬੇਸ਼ੱਕ ਇੱਕ ਸੀਟ ਦੀ ਸੀ, ਬਾਈ ਇਲੈਕਸ਼ਨ ਬੇਸ਼ੱਕ ਕੋਈ ਬਹੁਤ ਵੱਡਾ ਫਰਕ ਨਹੀਂ ਪੈ ਰਿਹਾ ਕਿਸੇ ਨੂੰ, ਪਰ ਮੁਕਾਬਲੇ ਗੌਰ ਹੈ ਕਿ ਸਿਆਸੀ ਵਕਾਰ ਤਾਂ ਦਾਅ ਦੇ ਉੱਤੇ ਲੱਗਿਆ ਹੁੰਦਾ ਹੈ, ਅਤੇ ਆਮ ਆਦਮੀ ਪਾਰਟੀ ਦੇ ਲਈ ਇੱਕ ਸਿਆਸੀ ਵਕਾਰ ਵਾਲੀ ਸੀਟ ਡੈਫੀਨੇਟਲੀ ਸੀ, ਅਤੇ ਉਸਦਾ ਅਸਰ ਨਜ਼ਰ ਆ ਰਿਹਾ ਕਿ ਖੂਬ ਜ਼ੋਰ ਲਗਾਉਣ ਤੋਂ ਬਾਅਦ 37,000 ਤੋਂ ਜ਼ਿਆਦਾ ਵੋਟਾਂ ਦੇ ਨਾਲ ਇਸ ਸੀਟ ਨੂੰ ਮਹਿੰਦਰ ਭਗਤ ਨੇ ਜਿੱਤ ਲਿਆ, ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾ ਦਿੱਤਾ ਹੈ। ਔਰ ਆਮ ਆਦਮੀ ਪਾਰਟੀ ਦੀਆਂ ਇੱਕ ਵਾਰ ਫਿਰ ਤੋਂ ਮੈਂ ਜ਼ਿਕਰ ਕਰਾਂ ਤਾਂ 91 ਸੀਟਾਂ ਹੋ ਗਈਆਂ ਨੇ। 2022 ਦੇ ਵਿੱਚ 92 ਸੀਟਾਂ ਸੀ ਜਿੱਤੀਆਂ ਉਹਨਾਂ ਨੇ, ਉਸ ਤੋਂ ਬਾਅਦ ਮੌਜੂਦਾ ਸਮੇਂ 'ਚ 90 ਸੀਟਾਂ ਰਹਿ ਗਈਆਂ ਸੀ, ਅਤੇ ਅੱਜ ਵਾਲੀ ਸੀਟ ਜਿੱਤ ਕੇ ਇੱਕ ਵਾਰ ਫਿਰ ਤੋਂ 91 ਵਾਲਾ ਅੰਕੜਾ ਹੋ ਗਿਆ। ਦੋ ਸੀਟਾਂ ਖਾਲੀ ਹੋਈਆਂ ਸੀ, ਇੱਕ ਤਾਂ ਸ਼ੀਤਲ ਅੰਗਰਾਲ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਅਸਤੀਫਾ ਦਿੱਤਾ, ਅਤੇ ਇੱਕ ਬਰਨਾਲਾ ਵਾਲੀ ਸੀਟ ਜਿਹੜੀ ਗੁਰਮੀਤ ਸਿੰਘ ਮੀਤੇਰ ਨੇ ਰਿਜ਼ਾਈਨ ਕੀਤਾ, ਉਹ ਸੀਟ ਵੀ ਖਾਲੀ ਹੋਈ। ਇਸ ਕਰਕੇ 92 ਤੋਂ 90 ਦੇ ਉੱਤੇ ਆ ਗਏ ਸੀ, ਪਰ ਇੱਕ ਦੁਬਾਰਾ ਉਹਨਾਂ ਦੀ ਝੋਲੀ ਦੇ ਵਿੱਚ ਪਹੁੰਚ ਗਈ ਸੀਟ ਜਲੰਧਰ ਵੈਸਟ ਦੀ ਆਮ ਆਦਮੀ ਪਾਰਟੀ ਦੀ, ਔਰ ਅੰਕੜਾ ਇੱਕ ਵਾਰ ਫਿਰ ਤੋਂ 91 ਬਿਲਕੁਲ 37,325 ਵੋਟਾਂ ਦੇ ਨਾਲ ਮਹਿੰਦਰ ਭਗਤ ਜਿੱਤੇ ਨੇ। ਟੋਟਲ ਵੋਟ ਕਾਊਂਟ ਦੱਸ ਦਿੰਦੇ ਹਾਂ, 55,246 ਵੋਟਾਂ ਟੋਟਲ ਜਿਹੜੀਆਂ ਨੇ ਉਹ ਮਹਿੰਦਰ ਭਗਤ ਨੂੰ ਮਿਲੀਆਂ ਨੇ, ਯਾਨੀ 40,000 ਵੋਟ ਗੇਨ ਕੀਤੀ ਆ ਆਮ ਆਦਮੀ ਪਾਰਟੀ ਨੇ ਇੱਕ ਮਹੀਨੇ ਦੇ ਵਿੱਚ। ਲੋਕ ਸਭਾ ਦੇ ਵਿੱਚ 15,000 ਵੋਟ ਆਮ ਆਦਮੀ ਪਾਰਟੀ ਨੂੰ ਪਈ ਸੀ, ਅੱਜ 55,000 ਵੋਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ। ਸੁਰਿੰਦਰ ਕੌਰ ਕਾਂਗਰਸ ਪਾਰਟੀ ਦੇ ਤੀਸਰੇ ਨੰਬਰ 'ਤੇ ਨੇ, 16,757 ਵੋਟਾਂ। ਦੂਸਰੇ ਨੰਬਰ 'ਤੇ ਸ਼ੀਤਲ ਅੰਗਰਾਲ ਨੇ, ਜਿਨ੍ਹਾਂ ਨੂੰ 17,921 ਵੋਟਾਂ ਮਿਲੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿਹੜੇ ਕੈਂਡੀਡੇਟ ਸੀ, ਹਾਲਾਂਕਿ ਸਪੋਰਟ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਰਹੀ, ਪਰ ਚੋਣ ਨਿਸ਼ਾਨ ਅਕਾਲੀ ਦਲ ਦਾ ਸੀ, ਵੋਟਾਂ ਮਿਲੀਆਂ 1,242, ਅਤੇ ਜਿਸ ਦੀ ਅਕਾਲੀ ਦਲ ਨੇ ਸਪੋਰਟ ਕੀਤੀ ਸੀ ਬਿੰਦਰ ਲਾਖਾ, ਉਹਨਾਂ ਨੂੰ ਵੋਟਾਂ ਮਿਲੀਆਂ ਨੇ 734। ਯਾਨੀ ਸੁਰਜੀਤ ਕੌਰ ਇਕੱਲੇ ਤੌਰ 'ਤੇ ਵੀ BSP ਤੋਂ ਅੱਗੇ ਨਿਕਲ ਗਏ ਨੇ ਵੋਟ ਕਾਊਂਟ ਦੇ ਵਿੱਚ। ਸੋ 13 ਰਾਊਂਡ ਜਿਹੜੇ ਨੇ ਉਹ ਟੋਟਲ ਹੋ ਚੁੱਕੇ ਨੇ। 94,609 ਵੋਟ ਸੀ ਜਿਹੜੀ ਗਿਣੀ ਗਈ ਹੈ, 94,609 ਵੋਟਾਂ, ਔਰ ਉਹਦੇ 'ਚੋਂ ਵਿਨਿੰਗ ਮਾਰਜਨ ਜਿਹੜਾ ਹੈ ਉਹ 37,325 ਦਾ ਹੈ। 37,325 ਵੋਟਾਂ 'ਤੇ ਮਹਿੰਦਰ ਭਗਤ ਇੱਕ ਵੱਡੀ ਲੀਡ ਇਸ ਨੂੰ ਕਹਿ ਸਕਦੇ ਹਾਂ। ਜ਼ਿਮਨੀ ਚੋਣ ਜੇ ਟੋਟਲ ਵੋਟ ਜਿਹੜੀ ਹੈ, ਜੇ ਉਹ ਪੋਲ ਟੋਟਲ ਵੋਟ 94,609 ਹੋਈ ਹੈ, ਤਾਂ ਉਹਦੇ 'ਚੋਂ 55,000 ਵੋਟ ਮਹਿੰਦਰ ਭਗਤ ਲੈ ਕੇ ਗਏ ਨੇ 94,000 ਦੇ ਵਿੱਚੋਂ, ਯਾਨੀ ਕਰੀਬ 60% ਵੋਟ ਜਿਹੜੀ ਆ ਉਹ ਮਹਿੰਦਰ ਭਗਤ ਨੂੰ ਪਈ ਹੈ। ਔਰ
ਮਹਿੰਦਰ ਭਗਤ 37,325 ਵੋਟਾਂ ਦੇ ਮਾਰਜਨ ਦੇ ਨਾਲ ਜਿੱਤ ਕੇ ਆਏ ਜੀ। ਬਿਲਕੁਲ, ਔਰ 94,609 ਟੋਟਲ ਵੋਟਾਂ ਜਿਹੜੀਆਂ ਪੋਲ ਹੋਈਆਂ ਸੀ, 94,609 ਵੋਟਾਂ ਪੋਲ ਹੋਈਆਂ ਸੀ, ਔਰ ਉਸਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਕਰੀਬ 60% ਵੋਟਾਂ ਜਿਹੜੀਆਂ ਮਹਿੰਦਰ ਭਗਤ ਦੇ ਖਾਤੇ ਦੇ ਵਿੱਚ ਚਲੀਆਂ ਗਈਆਂ। ਅਸੀਂ ਵੈਸਟ ਜਲੰਧਰ ਵੈਸਟ ਦਾ ਜ਼ਿਕਰ ਕਰ ਰਹੇ ਹਾਂ ਔਰ ਜਲੰਧਰ ਵੈਸਟ ਦੇ ਅੰਕੜੇ ਲਗਾਤਾਰ ਤੁਹਾਡੇ ਤੱਕ ਆ ਰਹੇ ਨੇ, ਪਰ ਇਸ ਸਭ ਦੇ ਵਿਚਾਲੇ ਹਿਮਾਚਲ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਦਾ ਵੀ ਮੈਂ ਰੁੱਖ ਕਰ ਲਵਾਂ। 3 ਵਿਧਾਨ ਸਭਾ ਸੀਟਾਂ ਦੇ ਉੱਤੇ 2 ਤੇ ਕਾਂਗਰਸ ਅੱਗੇ ਹੈ ਅਤੇ 1 ਸੀਟ ਦੇ ਉੱਤੇ ਹੁਣ ਬੀਜੇਪੀ ਅੱਗੇ ਹੋ ਚੁੱਕੀ ਹੈ, ਔਰ ਉੱਥੇ ਬਹੁਤ ਦਿਲਚਸਪ ਹੈ ਫਾਈਟ, ਕਿਉਂਕਿ ਡੇਰਾ ਦੇ ਵਿੱਚ ਤਾਂ ਲੱਗ ਰਿਹਾ ਕਿ ਮੁੱਖ ਮੰਤਰੀ ਦੀ ਪਤਨੀ ਸੀਟ ਜਿੱਤ ਜਾਣਗੇ, ਕਿਉਂਕਿ ਮੌਜੂਦਾ ਸਮੇਂ 'ਚ 6100 ਵੋਟਾਂ ਦੇ ਨਾਲ ਉਹ ਅੱਗੇ ਹੋ ਚੁੱਕੇ ਨੇ। ਔਰ ਦੂਜੇ ਪਾਸੇ ਜੇਕਰ ਮੈਂ ਹਮੀਰਪੁਰ ਦਾ ਜ਼ਿਕਰ ਕਰਾਂ ਤਾਂ ਉੱਥੇ ਬੀਜੇਪੀ ਇਸ ਸਮੇਂ ਲੀਡ ਕਰ ਰਹੀ ਹੈ, 9 ਦੇ ਵਿੱਚੋਂ 6 ਰਾਊਂਡ ਦੀ ਕਾਊਂਟਿੰਗ ਕੰਪਲੀਟ ਹੋ ਚੁੱਕੀ ਹੈ ਹਮੀਰਪੁਰ ਸੀਟ ਹਿਮਾਚਲ ਪ੍ਰਦੇਸ਼ ਦੀ, ਔਰ ਇਸ ਸੀਟ ਦੇ ਉੱਤੇ 743 ਵੋਟਾਂ ਦੇ ਨਾਲ ਅੱਗੇ ਨੇ ਆਸ਼ੀਸ਼ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ। 1 ਸੀਟ ਨਾਲਾਗੜ੍ਹ ਵਾਲੀ ਦਾ ਮੈਂ ਜ਼ਿਕਰ ਕਰ ਦੇਵਾਂ, ਨਾਲਾਗੜ੍ਹ ਵਾਲੀ ਸੀਟ ਦੇ ਉੱਤੇ ਇਸ ਸਮੇਂ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਲੀਡ ਕਰ ਰਹੇ ਨੇ 3548 ਵੋਟਾਂ ਦੇ ਨਾਲ। ਤਾਂ 3 ਸੀਟਾਂ ਦਾ ਮੈਂ ਅੰਕੜਾ ਤੁਹਾਡੇ ਤੱਕ ਪਹੁੰਚਾ ਰਿਹਾ। ਨਪਿੰਦਰ ਬਰਾੜ ਦਾ ਰੁਖ ਕਰਦੇ, ਨਪਿੰਦਰ ਇਸ ਸਮੇਂ ਕੁਝ ਅਪਡੇਟ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ, ਨਪਿੰਦਰ ਓਵਰ ਟੂ ਯੂ। ਜੀ ਗੌਰਵ, ਤਾਂ ਬਿਲਕੁਲ ਮਹਿੰਦਰ ਭਗਤ ਹੋਰਾਂ ਦੇ ਪੁੱਤਰ ਜਿਹੜੇ ਅਦਰੂ ਭਗਤ ਨੇ ਉਹ ਪਹੁੰਚ ਗਏ ਨੇ ਇੱਥੇ ਕਾਊਂਟਿੰਗ ਸੈਂਟਰ 'ਤੇ, ਕਿਉਂਕਿ ਨਤੀਜਾ ਅਨਾਊਂਸ ਹੋ ਗਿਆ, ਤਾਂ ਨਤੀਜਾ ਅਨਾਊਂਸ ਹੁੰਦੇ ਹੀ ਉਹ ਇੱਥੇ ਪਹੁੰਚ ਗਏ ਨੇ ਔਰ ਖੁਸ਼ ਨਜ਼ਰ ਆ ਰਹੇ ਨੇ। ਅਤੁਲ ਭਗਤ ਹੋਣੀ ਟੋਰ ਟੂਰ ਤਾਂ ਪਹਿਲਾਂ ਹੀ ਘਰੋਂ ਕੱਢ ਕੇ ਆਏ ਸੀ ਜੀ, ਲੱਗਦਾ ਸੀਗਾ ਵੀ ਗੱਲ ਬਣ ਜਾਣੀ ਆ, ਪੂਰੀਆਂ ਜੈਕਟਾਂ ਜੁਕਟਾਂ ਪਾ ਕੇ ਪੂਰਾ ਹੈ ਟੋਰ ਕੱਢੀ ਹੋਈ ਹੈ। ਹਾਂਜੀ ਬਿਲਕੁਲ ਜੀ, ਪਹਿਲੇ ਵਰਕ ਮੋਡ ਸੀ ਪੂਰਾ ਮਹੀਨਾ ਨਾ, ਉਦੋਂ ਵੀ ਤੁਸੀਂ ਮੈਨੂੰ ਦੇਖਿਆ ਹੋਣਾ ਪੱਕਾ, ਅਤੇ ਅੱਜ ਥੋੜ੍ਹਾ ਆਪਾਂ ਪੂਰਾ ਉਮੀਦ ਸੀ ਜੀ, ਜਨਤਾ ਜਿਹੜੀ ਆ ਪੂਰਾ ਵਿਸ਼ਵਾਸ ਸੀ ਕਿ ਜਨਤਾ ਪੂਰਾ ਮੈਂਡੇਟ ਦੇਗੀ, ਮਗਰ ਇੰਨਾ ਨਹੀਂ ਸੀ ਪਤਾ ਕਿ 1-way ਹੀ ਹੋ ਜਾਏਗਾ ਕੰਮ, ਕਿ ਇਹ ਇਤਿਹਾਸਿਕ ਜਿੱਤ ਵੱਲ ਹੋ ਗਿਆ ਕਿ 38,500 ਦੀ ਲੀਡ ਤੱਕ ਮੈਨੂੰ ਨਹੀਂ ਲੱਗਦਾ ਕੋਈ ਅੱਜ ਤੱਕ ਜਲੰਧਰ ਦੀ ਕੋਈ ਸੀਟ ਜਿੱਤੀ ਗਈ। ਅੱਛਾ, ਕਿਵੇਂ ਕੀ ਲੱਗਿਆ ਕਿ ਕਿਸ ਚੀਜ਼ ਨੂੰ ਲੋਕਾਂ ਨੇ ਜ਼ਿਆਦਾ ਚਾਹਿਆ ਜਾਂ ਲੋਕਾਂ ਨੇ ਕੀ ਸੋਚ ਕੇ ਜਿਹੜਾ ਹੈਗਾ ਇੰਨਾ ਵੋਟ ਭਗਤ ਜੀ ਦੇ ਹੱਕ ਦੇ ਵਿੱਚ ਕੀਤਾ ਜਾਂ ਸੱਤਾਧਿਰ ਦੇ ਹੱਕ 'ਚ ਕੀਤਾ? ਦੇਖੋ ਜੀ, 2-3 ਇਫੈਕਟ ਹੈਗੇ ਸੀ। ਪਹਿਲਾ ਇਫੈਕਟ ਤਾਂ ਇਹੀ ਸੀ ਕਿ ਬਹੁਤ ਹੀ ਸਾਡੇ ਲੋਕਪ੍ਰਿਯ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ, ਉਹਨਾਂ ਦੇ ਜਿਹੜੇ ਕੰਮ ਕੀਤੇ ਪਿਛਲੇ 2.5 ਸਾਲਾਂ 'ਚ, ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਹੋਏ ਅੱਜ ਉਹਨਾਂ ਦੇ ਕੰਮਾਂ ਨੂੰ ਮੋਹਰ ਲਾਈ ਹੈ ਕਿ ਹਾਂ ਜੋ ਉਹ ਕੰਮ ਕਰ ਰਹੇ ਨੇ ਉਹ ਲੋਕਾਂ ਨੂੰ ਪਸੰਦ ਨੇ, ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਜੋ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਉਹਨਾਂ ਦੇ 1-2 ਕੰਮ ਰਹਿ ਗਏ ਨੇ ਅਤੇ ਉਹ ਵੀ ਪੂਰੇ ਕਰਨਗੇ। ਦੂਜਾ ਕਿ ਜਿਹੜੇ ਮਹਿੰਦਰ ਭਗਤ ਜੀ ਨੇ, ਸਾਡਾ ਪਰਿਵਾਰ ਹੈ, ਇਹ ਪਿਛਲੇ 25 ਸਾਲਾਂ 'ਚ ਇਸ ਹਲਕੇ ਦੀ ਸੇਵਾ ਕਰ ਰਿਹਾ ਸੀ ਜੀ। ਪਹਿਲੇ ਦਾਦਾ ਜੀ ਦੇ ਕੰਮ ਜਿਹੜੇ ਕੀਤੇ ਸੀ ਇੰਨੇ ਸੀਵਰੇਜ ਨੂੰ ਲੈ ਕੇ, ਡਿਵੈਲਪਮੈਂਟ ਨੂੰ ਲੈ ਕੇ, ਉਹ ਆਪਾਂ ਜਿੱਥੇ ਵੀ ਗਏ ਇਸ ਇਲੈਕਸ਼ਨ 'ਚ ਸਾਨੂੰ ਸੁਣਨ ਨੂੰ ਮਿਲਿਆ। ਕੀ ਲੱਗਦਾ, ਪਹਿਲਾਂ ਦਾਦਾ ਕੈਬਨਿਟ ਮੰਤਰੀ ਸੀ ਅਤੇ ਪਿਤਾ ਤੁਹਾਡੇ ਪਹਿਲਾਂ ਚੋਣ ਹਾਰ ਗਏ ਸੀ, ਤਾਂ ਜ਼ਹਿਨ ਦੇ ਵਿੱਚ ਜੀ ਖੜਕਦੀ ਸੀ ਕਿ ਯਾਰ ਦਾਦਾ ਤਾਂ ਮੰਤਰੀ ਬਣ ਗਿਆ, ਪਿਤਾ ਮੇਰਾ ਚੋਣ ਹਾਰ ਗਿਆ, ਉਹ ਚੀਜ਼ਾਂ ਜ਼ਹਿਨ ਦੇ ਵਿੱਚ ਆਉਂਦੀਆਂ ਸੀ? ਅਤੇ ਇਸ ਵਾਰ ਜਦੋਂ ਹੁਣ ਚੋਣ ਜਿੱਤੇ ਨੇ ਤਾਂ ਕੀ ਕੁਝ ਜ਼ਹਿਨ 'ਚ ਚੱਲ ਰਿਹਾ? ਮੈਂ ਐਕਚੁਅਲ ਸ਼ਬਦ ਸਮਝਣੇ ਚਾਹੂੰਗਾ, ਐਕਚੁਅਲ ਸ਼ਬਦ ਤੁਹਾਡੇ ਮੂੰਹ ਸੁਣਨੇ ਚਾਹੂੰਗਾ। ਹਾਂਜੀ ਬਿਲਕੁਲ ਜੀ, ਪਿਤਾ ਜੀ ਦਾ ਬਹੁਤ ਸੰਘਰਸ਼ ਹੈਗਾ ਆ, ਮਗਰ ਉਹਨਾਂ ਦੀ ਹਿੰਮਤ ਆ, ਅਤੇ ਹਿੰਮਤ ਦੀ ਦਾਅ ਦਿੰਦਾ ਵਾਂ ਕਿ 2 ਵਾਰੀ ਇਲੈਕਸ਼ਨ ਹਾਰਨ ਤੋਂ ਬਾਅਦ ਉਹਨਾਂ ਨੇ ਹਿੰਮਤ ਨਹੀਂ ਹਾਰੀ, ਅਤੇ 3ਵੀ ਵਾਰੀ ਮੈਦਾਨ ਵਿੱਚ, ਕਿਉਂਕਿ ਉਹਨਾਂ ਨੂੰ ਆਪਣੇ ਕੰਮਾਂ 'ਤੇ ਵਿਸ਼ਵਾਸ ਸੀ ਕਿ ਸਮਾਜ ਸੇਵਾ ਆ, ਸਮਾਜ ਸੇਵਾ ਦਾ ਸਭ ਨਾਲ ਵਧੀਆ ਜ਼ਰੀਆ ਹੁੰਦਾ ਹੈ ਉਹ ਰਾਜਨੀਤੀ ਹੁੰਦੀ ਆ, ਅਤੇ ਉਹ ਅੱਗੇ ਵੀ ਕਰਦੇ ਰਹੇ, ਇਸ ਲਈ ਉਹ ਐਤਕੀ ਜਿੱਤੇ ਨੇ, ਅਤੇ ਮੈਂ ਉਹਨਾਂ ਦੀ ਜਿਹੜੀ ਜਿੱਤ ਆ ਉਹ ਮੁਬਾਰਕਬਾਦ ਦਿੰਦਾ ਉਹਨਾਂ ਨੂੰ, ਉਹਨਾਂ ਦੇ ਸੰਘਰਸ਼ ਨੂੰ ਮੁਬਾਰਕਬਾਦ ਦਿੰਦਾ ਵਾਂ। ਇੱਕ ਚੀਜ਼, ਪਹਿਲਾਂ ਦੇਖੋ ਬੀਜੇਪੀ ਸੀ, ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ, ਤਾਂ ਇੱਕ ਚੀਜ਼ ਸਪਸ਼ਟ ਸਮਝਣੀ ਚਾਹੂੰਗਾ, ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਆ, ਭਗਵੰਤ ਸਿੰਘ ਮਾਨ ਹੋਣੀ ਮੁੱਖ ਮੰਤਰੀ ਨੇ, ਤਾਂ ਤੁਹਾਡੇ ਜੇ ਬੀਜੇਪੀ ਦੇ ਵਿੱਚ ਹੁੰਦੇ
ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਅੱਜ ਵਾਲੀ ਸਥਿਤੀ ਹੁੰਦੀ, ਜਾਂ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਕੰਮ ਦੇਖੇ ਜਾਂ ਮੁੱਖ ਮੰਤਰੀ ਦਾ ਚਿਹਰਾ ਇੱਥੇ ਮੁੱਖ ਮੰਤਰੀ ਦਾ ਪਰਿਵਾਰ ਸਮੇਤ ਲੱਗੇ ਹੋਏ ਸੀ, ਸ਼ਾਇਦ ਪਹਿਲੀ ਵਾਰੀ ਮੁੱਖ ਮੰਤਰੀ ਇੱਦਾਂ ਲੱਗ ਰਿਹਾ, ਤਾਂ ਤੁਹਾਨੂੰ ਫਰਕ ਲੱਗਦਾ ਕਿ ਪਾਰਟੀ ਬਦਲ ਕੇ ਸ਼ਾਇਦ ਤਾਂ ਹੀ ਇੱਧਰ ਆ ਕੇ ਜਿੱਤ ਮਿਲੀ ਹੈ? ਹਾਂਜੀ, ਦੇਖੋ ਜੀ, ਜਿਹੜੀ BJP ਹੈਗੀ ਹੈ, ਮੈਂ ਮਹਿਸੂਸ ਕਰ ਰਿਹਾ ਕਿ ਜਿਹੜਾ 2022 ਦੇ ਵਿੱਚ ਕਿਸਾਨ ਅੰਦੋਲਨ ਚੱਲਿਆ, ਸਾਨੂੰ ਉਦੋਂ ਹੀ ਮਹਿਸੂਸ ਹੋਇਆ ਸੀ ਕਿ ਕੁਛ ਉਹਨਾਂ ਦੇ ਜਿਹੜੇ ਕੰਮ ਹੈ ਉਹ ਪੰਜਾਬ ਵਿਰੋਧੀ ਹੋ ਗਏ ਨੇ।